जालंधर के उत्तरी हलके के अधीन आते वार्ड नंबर 65 में लोगों की समस्याओं को सुनने के लिए विधायक बाबा हेनरी विशेष रूप से पहुंचे। इस दौरान उन्होंने इलाका निवासियों से मुलाकात कर उनकी समस्याओं को सुनकर जल्द से जल्द उनकी समस्याओं को हल करने का आश्वासन दिया। इस मौके पर इलाका निवासियों ने बाबा हेनरी का आभार भी व्यक्त किया। इस मौके पर सागर वेलफेयर सोसाइटी के प्रधान राजेंद्र मानक, उप प्रधान अविनाश, तिलक कुमार, राजेंद्र, गौरव, टीटू, सतपाल कलेर, सुरेश सोनी, रामपाल, पार्षद ज्ञान सोडी सहित अन्य इलाका निवासी भी मौजूद रहे। जालंधर से हलचल के लिए सुदेश भगत की रिपोर्ट। आज बाबा हेनरी जी साढ़े वार्ड नंबर 65 लोगों दी समस्यावां सुनन लई आए और उन्हां नाल रूबरू होए और लोगों ने जिहड़ा है अपनियां समस्यावां दसियां ने, जिहदे विच एक जिहड़ा मकानां दीआं कीमतां ने उहदे बारे भी गल होई है और सीवरेज की समस्या सीगी, पानी की समस्या सीगी, बहुत सारिया समस्यावां दसियां ने और बाबा जी दे असीं बड़े आभारी हाँ कि उन्होंने ਸਾਡੇ ਨਗਰ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਰੂਬਰੂ ਹੋਏ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੀਆਂ ਔਰ ਆਸ਼ਵਾਸਨ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2-4 ਦਿਨ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਹੱਲ ਹੋਵੇਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਟਰੀਟ ਲਾਈਟ ਦਾ ਕੰਮ ਜਿਹੜਾ ਬੜੇ ਜ਼ੋਰਾਂ ਸ਼ੋਰਾਂ ਨਾਲ ਹੋਇਆ, ਉਹਦੇ ਲਈ ਵੀ ਅਸੀਂ ਬਾਬਾ ਹੈਨਰੀ ਦਾ ਬਹੁਤ ਧੰਨਵਾਦ ਕਰਦੇ ਹਾਂ। ਸਭ ਤੋਂ ਆਈ ਥਿੰਕ ਸੋ ਜਿਹੜੀ ਇੰਪੋਰਟੈਂਟ ਸਮੱਸਿਆ ਉਹ ਇਹ ਸੀਗੀ ਕਿਉਂਕਿ ਇਹ 1947 ਤੋਂ ਪਹਿਲਾਂ ਦਾ ਜਾਂ 47 ਤੋਂ ਬਾਅਦ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਬਟਵਾਰਾ ਹੋਇਆ ਅਤੇ ਉਦੋਂ ਜਿਹੜੇ ਰੈਫਿਊਜੀ ਪਾਕਿਸਤਾਨ ਤੋਂ ਖਾਸ ਕਰਕੇ ਸਿਆਲਕੋਟ ਤੋਂ ਬਹੁਤ ਉਮੀਦ ਕਰ ਲੋਕ ਉੱਥੋਂ ਉੱਠ ਕੇ ਆਏ ਅਤੇ ਜਦੋਂ ਇੱਥੇ ਆਏ ਅਤੇ ਇੱਥੇ ਇਹ ਕੈਂਪ ਸਥਾਪਿਤ ਕੀਤਾ ਗਿਆ ਅਤੇ ਇਹਨਾਂ ਨੂੰ ਹਾਲੇ ਤੱਕ ਮਾਲਕਾਨਾ ਹੱਕ ਨਹੀਂ ਮਿਲਿਆ। ਸਾਡੇ ਬਜ਼ੁਰਗਾਂ ਨੇ ਉਹ ਬਹੁਤ ਹੀ ਮਹੱਤਵਪੂਰਨ ਜਿਹੜੀ ਇੱਕ ਮੁੱਦਾ ਉਠਾਇਆ ਹੈਗਾ ਅਤੇ ਟਮੋਰੋ ਓਨਲੀ ਆਈ ਟੋਕ ਟੂ ਡੀਸੀ ਅਤੇ ਸਭ ਤੋਂ ਜ਼ਰੂਰੀ ਜਿਹੜਾ ਸਾਡਾ ਪ੍ਰੋਪਰਟੀ ਰਾਈਟਸ ਦੇਣ ਵਾਲਾ ਸਲੰਮ ਪ੍ਰੋਪਰਟੀ ਰਾਈਟਸ ਦੇਣ ਵਾਲਾ ਐਕਟ ਅਸੀਂ ਹੁਣੇ ਪਾਰਿਤ ਕੀਤਾ ਹੈਗਾ, ਉਹਦੇ ਤਹਿਤ ਗਾਂਧੀ ਕੈਂਪ 'ਚ ਜਿਹੜੇ ਜਿਹੜੇ ਲੋਕ ਹੈਗੇ ਆ ਅਸੀਂ ਵਿਦਇਨ 15 ਡੇਜ਼ ਉਹਨਾਂ ਦਾ ਸਰਵੇ ਕਰਵਾ ਕੇ ਅਤੇ ਉਹਨਾਂ ਨੂੰ ਪ੍ਰੋਪਰਟੀ ਰਾਈਟਸ ਜਿਹੜੀ ਹੈਗੀ ਉਹ ਹੈਂਡ ਓਵਰ ਕਰਾਂਗੇ ਬਹੁਤ ਹੀ ਨੋਮੀਨਲ ਰੇਟ ਦੇ ਉੱਤੇ।